ਘਰੇਲੂ ਕਲੇਸ਼ ਦੇ ਚਲਦੇ ਇੱਕ ਵਿਅਕਤੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਦੇ ਚਲਦੇ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਚਾਕੂਆਂ ਨਾਲ ਵੱਢਿਆ ਅਤੇ ਆਪਣੇ ਬੇਟੇ ਤੇ ਵੀ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮਾਂ ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਇਸ ਵਾਰਦਾਤ ਤੋਂ ਬਾਅਦ ਵਿਅਕਤੀ ਨੇ ਘਰ ਦੇ ਕਮਰੇ ਚ ਵੜ ਕੇ ਖੁਦ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਦਮ ਘੁੱਟਣ ਅਤੇ ਬੁਰੀ ਤਰ੍ਹਾਂ ਝੁਲਸਣ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ। ਘਰ ਚ ਪੈ ਰਹੇ ਚੀਕ ਚਿਹਾੜੇ ਦੇ ਚਲਦੇ ਗਵਾਂਢੀਆਂ ਵੱਲੋਂ ਤੁਰੰਤ ਆ ਕੇ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਫਿਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਹ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਵਿਅਕਤੀ ਦਾ ਆਪਣੀ ਪਤਨੀ ਨਾਲ ਮਾਮੂਲੀ ਝਗੜਾ ਹੋਇਆ, ਜਿਸ ਤੋਂ ਬਾਅਦ ਵਿਅਕਤੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ। ਇਸ ਘਟਨਾ ਦੇ ਦੌਰਾਨ ਘਰ ਵੀ ਸੜ ਕੇ ਰਾਖ ਹੋ ਗਿਆ। ਉੱਥੇ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਕਿਉਂਕਿ ਉਸਦੇ ਪਤੀ ਨੇ ਉਸਦੇ ਗਲ ਅਤੇ ਢਿੱਡ ਦੇ ਵਿੱਚ ਚਾਕੂਆਂ ਨਾਲ ਹਮਲਾ ਕੀਤਾ ਸੀ। ਉੱਥੇ 13 ਸਾਲ ਦੇ ਬੇਟੇ ਦੀ ਹਾਲਤ ਅਜੇ ਸਥਿਰ ਦੱਸੀ ਜਾ ਰਹੀ ਹੈ। ਉੱਥੇ ਮੌਕੇ ਤੇ ਮਹਿਲਾ ਦੇ ਭਰਾ ਦਾ ਕਹਿਣਾ ਹੈ ਕਿ ਉਸਦਾ ਜੀਜਾ ਅਕਸਰ ਹੀ ਉਸਦੀ ਭੈਣ ਦੇ ਨਾਲ ਲੜਦਾ ਸੀ ਤੇ ਕੰਮ ਵੀ ਨਹੀਂ ਕਰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਵੀ ਸੀ, ਜਿਸ ਵੱਲੋਂ ਉਸਦੀ ਭੈਣ ਅਤੇ ਭਾਣਜੇ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਗਿਆ ਅਤੇ ਉਸਦੀ ਭੈਣ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮਸਲਾ ਸਰ ਮੈਨੂੰ ਇਹਨਾਂ ਦੇ ਮੈਟਰ ਦਾ ਤਾਂ ਕੋਈ ਪਤਾ ਨਹੀਂ, ਘਰਾਂ ਦੇ ਕਈ ਮੈਟਰ ਹੁੰਦੇ ਕੀ ਆ। ਬਾਕੀ ਸਵੇਰੇ ਜਿਹੜਾ 3 ਵਜੇ ਸਾਨੂੰ ਮਤਲਬ ਆਵਾਜ਼ ਆਈ ਚੀਕਾਂ ਦੀ, ਅਤੇ ਮੇਰਾ ਬੇਟਾ ਉੱਠਿਆ, ਮੇਰੇ ਮਿਸੀ ਪਹਿਲਾਂ ਉੱਠਿਆ, ਇਹਨਾਂ ਜਾ ਕੇ ਵੇਖਿਆ ਅਤੇ ਉਹ ਛੁਰੀ ਉਹਦੇ ਹੱਥ 'ਚ ਆ, ਉਹਦੀ ਮਿਸੀ ਦੇ ਬਲੱਡ ਆ ਰਿਹਾ ਵਾ, ਅਤੇ ਮੇਰੇ ਬੇਟੇ ਨੇ ਜਾ ਕੇ ਅਤੇ ਛੁਰੀ ਖੋਣ ਦੀ ਕੋਸ਼ਿਸ਼ ਕੀਤੀ, ਉਹ ਛੱਡਦਾ ਨਹੀਂ ਪਿਆ, ਲੇਕਿਨ ਜ਼ਬਰਦਸਤੀ ਛਡਾਈ ਉਹਦੇ ਕੋਲ, ਬਾਅਦ 'ਚ ਛਡਾ ਕੇ ਅਤੇ ਮੇਰੀ ਮਿਸੀ ਨੇ ਛੁਰੀ ਸੁੱਟ ਦਿੱਤੀ ਆ, ਅਤੇ ਉਹਨੂੰ ਫਿਰ ਆਹ ਲਾਗੇ ਆਪਣਾ ਜੱਜ ਭਾਈ ਪ੍ਰਧਾਨ ਹੈ ਜੋ ਵੀ ਆ, ਉਹਨਾਂ ਨੂੰ ਬੁਲਾਇਆ ਅਤੇ ਫਿਰ ਆਪਾਂ ਹਸਪਤਾਲ ਲੈ ਕੇ ਗਏ ਉਹਨਾਂ ਨੂੰ। ਹਸਪਤਾਲ 'ਚ ਉਹਨਾਂ ਦਾ ਮਤਲਬ ਉਹਨਾਂ ਨੂੰ ਕਰਾ ਕੇ ਐਡਮਿਟ, ਉੱਥੋਂ ਜਦੋਂ ਵਾਪਸ ਹੀ ਜਾਇਆ ਮੈਂ 7 ਵਜੇ ਦੇ ਕਰੀਬ, ਧੂੰਆਂ ਬਹੁਤ ਨਿਕਲਦਾ। ਦੂਜੇ ਕਿਰਾਏ 'ਤੇ ਰਹਿੰਦੇ ਸੀ? ਇਹ ਵੀ ਰੈਂਟ 'ਤੇ ਆ ਜੀ। ਅੱਛਾ, ਇਹ ਤੁਹਾਡਾ ਮਕਾਨ ਹੈ? ਨਹੀਂ ਸਰ, ਅਸੀਂ ਵੀ ਰੈਂਟ 'ਤੇ ਆ। ਤੁਸੀਂ ਵੀ ਕਿਰਾਏ 'ਤੇ ਜੀ? ਇਹ ਮੇਰੇ ਕੋਲ ਆ, ਇਹ ਮੇਰੇ ਬੇਟੇ ਕੋਲ ਆ। ਠੀਕ ਹੈ ਜੀ। ਇਹ ਦੋ ਇਹਨਾਂ ਦੇ, ਦੋ ਕਮਰੇ ਉਹਨਾਂ ਕੋਲ। ਹਾਂ, ਉਹਨਾਂ ਦੀ ਮੀਆਂ ਬੀਬੀ ਰਹਿੰਦੇ ਸੀ? ਇਹ ਮੀਆਂ ਬੀਬੀ ਨਾਲ ਬੱਚਾ ਨਾਲ। ਬੱਚਾ ਨਾਲ? ਹਾਂ, ਉਹਨੂੰ ਵੀ ਮਰੀ ਛੁਰੀ ਵੱਜੀ ਹੈ। ਅੱਛਾ, ਬੱਚੇ ਨੂੰ ਵੀ? ਹਾਂ, ਉਹਦਾ ਇੱਥੋਂ ਆ। ਆਪਦੇ ਪਿਓ ਨੇ ਹੀ? ਹਾਂ, ਪਿਓ ਨੇ ਮਾਰਿਆ। ਕੀ ਨਾਮ ਸੀ ਜਿੰਨੇ? ਨਾਂ ਕੀ ਸੀ ਉਹਨਾਂ ਦਾ? ਅਨਿਲ ਕੁਮਾਰ। ਅਨਿਲ ਕੁਮਾਰ? ਹਾਂਜੀ। ਬੱਚਾ ਠੀਕ ਆ ਤੇ ਬਾਕੀ ਇਹਦੇ ਜਿਹੜੀ ਮਿਸਿਜ ਆ ਉਹਦੀ ਹਾਲਤ ਖਰਾਬ ਆ। ਉਹਦੀ ਹਾਲਤ? ਉਹਦੀ ਸਾਹ ਰਗ ਤੇ ਵੀ ਬੰਦੀ ਆ। ਹਾਂ, ਤੇ ਪੇਟ 'ਚ ਵੀ ਹੈਗੀਆਂ ਨੇ ਛੁਰੀਆਂ। ਤੇ ਕਾਰਨ ਕੀ ਸੀ ਇਹਨਾਂ ਦੀ ਲੜਾਈ ਦਾ, ਕਿਉਂ ਲੜਦੇ ਸੀ? ਸਰ, ਕਾਰਨ ਤਾਂ ਤੇ ਤੁਹਾਨੂੰ ਪਤਾ, ਘਰਾਂ ਦੇ ਮੈਟਰ 'ਚ ਜ਼ਿਆਦਾ ਤੁਹਾਨੂੰ ਪਤਾ ਇੰਟਰਫੇਅਰ ਨਹੀਂ ਕੀਤਾ ਜਾਂਦਾ, ਬਾਕੀ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ, ਬਾਕੀ ਇੰਨਾ ਨਹੀਂ ਸੀ ਅਸੀਂ ਕਦੀ ਸੋਚਿਆ ਵੀ ਕੰਮ ਕਰ ਕੋਈ ਕਰਦਾ ਸੀ। ਨਾ ਨਾ, ਕੰਮ ਨਹੀਂ, ਇਹ ਢੋਲਕੀ ਵਜਾਉਣ ਦਾ ਕੰਮ ਕਰਦੇ ਸੀ, ਉਹ ਵੀ ਕਦੀ ਕਦਾਈ ਕਦੇ ਉਹ ਪੀਰਾਂ ਦੀ ਜਗ੍ਹਾ 'ਤੇ ਜਾ ਕੇ ਵਜਾ ਇਹ ਵੀਰਵਾਰ ਹੋ ਗਿਆ। ਤਬਲੇ ਦਾ ਢੋਲਕੀ ਵਜਾਉਣ ਦਾ ਕੰਮ ਕਰਦੇ ਸੀ, ਬਾਕੀ ਉਹ ਪ੍ਰੋਪਰ ਨਹੀਂ। ਬੱਚਾ ਕਿੰਨੇ ਸਾਲਾਂ ਦਾ? ਬੱਚੇ ਲੜਕਾ ਇੱਕੋ ਇਹਨਾਂ ਦਾ। ਇੱਕ ਲੜਕਾ ਸੀ? ਕਿੰਨੇ ਸਾਲਾਂ ਦਾ? ਉਹ ਕੋਈ ਹੈ ਸਰ 15-16 ਸਾਲ ਦਾ। 15-16 ਸਾਲਾਂ ਦਾ? ਹਾਂਜੀ। ਸਿਰਫ ਜਵਾਕ ਸੀਗੇ ਤੇ ਸਾਡੀ ਨੂੰਹ ਸੀਗੀ, ਉਹ ਵਿਚਾਰੀ ਬੱਚਿਆਂ ਨੂੰ, ਸਾਡਾ ਇੱਕ ਛੋਟਾ ਜਵਾਕ ਆ ਉਹਦੇ ਕੰਬੀ ਜਾਂਦਾ, ਅੰਕਲ ਆ ਗਿਆ ਛੁਰੀ ਲੈ ਕੇ ਆ ਗਿਆ, ਉਹਨੂੰ ਸੰਭਾਲਦੀ ਆਪਣੇ ਉਹ ਪੇਕੇ ਚਲੀ ਗਿਆ ਨਾਲ। ਕਦੀ ਕਦਾਈ ਆਪਣੀ ਟਪਲੀ ਮਾਰਦਾ ਸੀ, ਬਾਕੀ ਇਹੋ ਜਿਹਾ ਕੋਈ ਜ਼ਿਆਦਾ ਵੀ ਨਹੀਂ ਸੀ, ਹੈ ਵੀ ਸੀ
ਨਹੀਂ ਵੀ ਸੀ ਇਹ ਆਪਣਾ ਕੰਮ ਕੁੰਮ ਕੋਈ ਕਰਦਾ ਨਹੀਂ ਸੀ, ਵਿਹਲਾ ਸੀ, ਨਸ਼ੇ ਕਰਦਾ ਸੀ। ਇਹ ਮੇਰੀ ਸਿਸਟਰ ਨੂੰ ਇੰਨੇ ਪਹਿਲੇ ਸਵੇਰੇ ਉੱਠ ਕੇ ਛੁਰੀਆਂ ਛਰੀਆਂ ਮਾਰੀਆਂ ਅਤੇ ਭਨੇਵੇਂ ਨੂੰ ਵੀ ਇੰਨੇ ਮਤਲਬ ਕਿ ਆਪਣਾ ਛੁਰੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਮੈਂ ਮੰਡੀ ਗਿਆ ਸੀ, ਮੈਂ ਫਰੂਟ ਦਾ ਕੰਮ ਕਰਦਾ ਵਾਂ ਅਤੇ ਮੈਨੂੰ ਗੁਆਂਢੀਆਂ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਕੰਮ ਹੋ ਗਿਆ ਵਾ ਅਤੇ ਮੈਂ ਉਸੇ ਵੇਲੇ ਕੰਮ ਕੁੰਮ ਛੱਡ ਕੇ ਅਤੇ ਆਪਣਾ ਆ ਗਿਆ। ਮਹੱਲੇ ਵਾਲਿਆਂ ਨੇ ਪਹੁੰਚਾਇਆ। ਉਹਨਾਂ ਦੀ ਕੀ ਕੰਡੀਸ਼ਨ ਹੈ? ਸੀਰੀਅਸ ਹੈਗੀ। ਬੱਚੇ ਦੀ ਕਿੰਨੀ ਉਮਰ ਹੈ? ਬੱਚਾ 12-13 ਸਾਲਾਂ ਦਾ ਲੜਕਾ। ਠੀਕ ਹੈ, ਤੇ ਇਹ ਕੋਈ ਕੰਮ ਨਹੀਂ ਕਰਦਾ ਜੀ? ਅੱਜ ਸਵੇਰੇ 4 ਵਜੇ ਇਹਨੇ ਆਪਣੇ ਘਰ ਵਾਲੀ ਨੂੰ ਸੱਟਾਂ ਲਾਈਆਂ ਅਤੇ ਆਪਣੇ ਬੇਟੇ ਨੂੰ ਸੱਟਾਂ ਲਾਈਆਂ। ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ, ਬਾਅਦ 'ਚ ਆਪਣੇ ਘਰ ਦੇ ਅੰਦਰ ਹੀ ਵੜ ਕੇ ਇਹਨੇ ਅਤੇ ਆਪਣੇ ਕਮਰੇ ਨੂੰ ਅੱਗ ਲਾ ਲਈ ਅਤੇ ਕਮਰੇ 'ਤੇ ਅੱਗ ਲੱਗਣ ਕਰਕੇ ਅਤੇ ਸਾਹ ਘੁੱਟਣ ਕਰਕੇ ਅਤੇ ਜਲਣ ਕਰਕੇ ਇਹਦੀ ਮੌਤ ਹੋ ਗਈ। ਸਰ ਕੀ ਨਾਮ ਸੀ, ਕਿੰਨੀ ਉਮਰ ਸੀ ਸਰ ਇਹਦੀ? ਇਹ ਐਂ ਹਜੇ 2 ਮਿੰਟ ਥੋੜ੍ਹੀ ਜਿਹੀ ਵੇਟ ਕਰ ਲਓ, ਮੈਂ ਤੁਹਾਨੂੰ ਦੱਸਦਾ ਨਾਮ। ਵੈਰੀ ਫਾਈਨ। ਜ਼ਖਮੀ ਕਿੰਨੇ ਨੇ ਸਰ? 2 ਨੇ ਜੀ। ਉਹਨਾਂ ਦੀ ਕੀ ਕੰਡੀਸ਼ਨ ਹੈ? ਉਹ ਠੀਕ ਹੈ ਜੀ, ਉਹਨਾਂ ਦਾ ਪ੍ਰੈਸ਼ਨ ਹੋ ਗਿਆ ਅਤੇ ਉਹ ਠੀਕ ਨੇ। ਜ਼ਖਮੀ ਕਿਹਦੇ ਨਾਲ ਕੀਤਾ ਸਰ? ਕੋਈ ਇਹ ਪਤਾ ਕਰਦੇ ਹਾਂ ਜੀ, ਇਹ ਤਾਂ ਆਏ ਹੈ, ਇਹ ਤਾਂ ਬਿਮਾਰ ਸੀਗਾ ਅੰਦਰ। ਇਹ ਜਿਹੜਾ ਨਾਮ ਆ ਅਨਿਲ ਕੁਮਾਰ ਹੈ, ਸਨ ਆਫ ਵਿਸ਼ਵਾ ਮਿੱਤਰ, ਇੱਥੇ ਕੋਟਲਾ ਬਸਤੀ ਰਹਿੰਦੇ ਨੇ, ਮੁਸਤਾਬਾਦ ਵਿੱਚ ਰਹਿੰਦੇ। ਅਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ? ਪੁਲਿਸ ਵਾਲਿਆਂ ਦੀ ਇਹਦੇ ਵਾਰਸੇ ਦੇ ਇੱਥੇ ਨਹੀਂ ਕਿ ਇਹਦਾ ਸਾਲਾ ਸਾਹਿਬ ਆਇਆ ਵਾ, ਇਹਨੇ ਦੱਸਣ ਮੁਤਾਬਕ ਅਤੇ ਮਹੱਲੇ ਵਾਲਿਆਂ ਦੱਸਣ ਮੁਤਾਬਕ ਇਹਨੇ ਆਪਣੇ ਆਪ ਨੂੰ ਅੱਗ ਲਾ ਕੇ ਸੁਸਾਈਡ ਕੀਤੀ। ਸਰ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ? ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ 1 ਘੰਟਾ ਪਹਿਲਾਂ ਉਦੋਂ ਅਸੀਂ ਆ ਗਏ। ਹੁਣ ਕੀ ਕਾਰਵਾਈ ਕੀਤੀ? ਹੁਣ ਜੀ ਜੋ ਕਾਰਵਾਈ ਹੋਣ ਬਿਆਨ ਲਿਖਾਉਣਗੇ ਘਰ ਵਾਲੇ, ਉਸੇ ਮੁਤਾਬਕ ਕਾਰਵਾਈ ਅੰਬਰਸਰ ਕਰਨਗੇ।